ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਅੱਜ ਪਹੁੰਚਿਆ ਹਾਂ USA ਦੇ ਵਿੱਚ, ਔਰ ਮੈਂ ਇਸ ਵੇਲੇ ਆਇਆ ਹਾਂ ਸੈਨ ਡਿਆਗੋ ਦੇ ਅੰਦਰ ਮੈਂ ਤੁਹਾਨੂੰ ਪੰਜਾਬੀ ਕਲਚਰ ਐਂਡ ਹੈਰੀਟੇਜ ਕਿਸ ਤਰੀਕੇ ਨਾਲ ਲੋਕ ਆਪਣੇ ਤਿਉਹਾਰ ਮਨਾਉਂਦੇ ਨੇ ਜਾਂ ਕਿਸ ਤਰੀਕੇ ਨਾਲ ਆਪਣੇ ਖੁਸ਼ੀਆਂ ਜਿਹੜੀਆਂ ਨੇ ਉਹ ਸ਼ੇਅਰ ਕਰਦੇ ਨੇ। ਤੁਹਾਨੂੰ ਯੂਨੀਵਰਸਿਟੀ ਦੇ ਬਿਲਕੁਲ ਯੰਗਸਟਰ ਜਿਹੜੇ ਸਟੂਡੈਂਟਸ ਨੇ, ਤੁਸੀਂ ਕੀ ਖੁਦ ਦੱਸੋ ਤੁਹਾਡੀ ਯੂਨੀਵਰਸਿਟੀ ਦਾ ਕੀ ਨਾਮ ਹੈ? University of San Diego, the students California. ਦੇਖ ਸਕਦੇ ਹੋ ਇਹਨਾਂ ਦੀ ਡਰੈਸਿੰਗ ਔਰ ਇਹਨਾਂ ਦਾ ਉਹ ਸਾਰਾ ਕਲਚਰ ਜਿਹੜਾ ਕਿ ਪੰਜਾਬੀ ਭੰਗੜੇ ਦਾ ਕਲਚਰ ਹੈ, ਉਹ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਕਿੰਨੇ ਅੱਛੇ ਤਰੀਕੇ ਨਾਲ ਇਹਨਾਂ ਨੇ ਪਰਫੋਰਮ ਕੀਤਾ, ਮੈਂ ਵੀਡੀਓ ਵੀ ਇਹਨਾਂ ਦੀ ਤੁਹਾਨੂੰ ਦਿਖਾਵਾਂਗਾ। ਔਰ ਸਪੈਸ਼ਲੀ ਤੁਹਾਨੂੰ ਪਤਾ ਕਿ ਮੈਂ ਚੁਣ ਚੁਣ ਕੇ ਲੈ ਕੇ ਆਉਂਦਾ ਹਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਸਾਹਮਣੇ ਜਿਹੜੀਆਂ ਕਿ ਪਹਿਲੇ ਨਜ਼ਰ ਨਾ ਆਈਆਂ ਹੋਣ, ਅਤੇ ਉਸੇ ਚੀਜ਼ ਨੂੰ ਲੈ ਕੇ ਮੈਂ ਆਇਆ ਸੀ ਇੱਥੇ ਅਰਵਿੰਦਰ ਮਲਹੋਤਰਾ ਜੀ ਦੇ ਕਹਿਣ ਦੇ ਉੱਤੇ, ਪੰਜਾਬੀ ਹੈਰੀਟੇਜ ਦੇ ਉੱਤੇ ਪ੍ਰੈਜੈਂਟੇਸ਼ਨ ਦੇਣ ਵਾਸਤੇ ਆਇਆ ਸੀ। ਲੇਕਿਨ ਜਦੋਂ ਮੈਂ ਇਹਨਾਂ ਬੱਚਿਆਂ ਦਾ ਦੇਖਿਆ, ਲਗਨ ਦੇਖੀ ਭੰਗੜੇ ਦੇ ਨਾਲ ਪੰਜਾਬੀ, ਤਾਂ ਰੀਅਲੀ ਅਮੇਜ਼ਿੰਗ ਔਰ ਇਹਨਾਂ ਦਾ ਕੰਬੀਨੇਸ਼ਨ ਜਿਹੜਾ ਭੰਗੜੇ ਦਾ, ਉਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਚਲੋ ਐਟਲੀਸਟ ਕੋਈ ਤਾਂ ਹੈ ਕਿ ਜਿਹਨੇ ਪੰਜਾਬੀ ਕਲਚਰ ਨੂੰ ਬਚਾ ਕੇ ਰੱਖਿਆ, ਜਾਂ ਕੋਈ ਐਸਾ ਤਾਂ ਬਾਕੀ ਹੈ ਕਿ ਜਿਹਨੂੰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਇੰਨਾ ਪਿਆਰ ਹੈ। ਔਰ ਦੇਖੋ ਤੁਹਾਡੇ ਸਾਹਮਣੇ ਨੇ ਬੱਚੇ ਕਿ ਵੀ ਕਿੰਨੇ ਅੱਛੇ ਤਰੀਕੇ ਨਾਲ ਇਹਨਾਂ ਨੇ ਪਰਫੋਰਮ ਕੀਤਾ, ਉਹ ਮੈਂ ਤੁਹਾਨੂੰ ਦਿਖਾਵਾਂਗਾ ਥੋੜ੍ਹੀ ਦੇਰ ਬਾਅਦ ਵੀਡੀਓ ਦੇ ਵਿੱਚ। ਲੇਕਿਨ ਮੈਂ ਸਭ ਤੋਂ ਪਹਿਲੇ ਤਾਂ ਇਹਨਾਂ ਕੋਲੋਂ ਪੁੱਛਾਂਗਾ ਇਹਨਾਂ ਦੇ ਨੇਮਸ ਔਰ ਇਹਨਾਂ ਦੇ ਏਮਸ, ਕਿ ਇਹ ਕੀ ਕਾਰਨ ਹੈ। My name is Kudrat and I'm studying biochemistry at UCSD. My name is Ramit and I'm studying biology at UCSD. My name is Saji and I'm studying computer science. My name is Poonam and I'm also studying computer science. My name is Sahib and I'm studying computer science engineering. My name is Gurnaz, I'm studying computer science. My name is Rajan, I'm studying pharmacological chemistry. Well, culture da ya heritage da jada hai, ਉਹ ਕਿਸੇ ਹੋਰ ਚੀਜ਼ ਨਾਲ ਤਲਕ ਨਹੀਂ ਹੁੰਦਾ। ਦੇਖੋ ਕਿੰਨੇ ਵੈਲ ਐਜੂਕੇਟਿਡ ਬੱਚੇ ਨੇ ਜਿਹੜੇ ਕਿ ਆਪਣੇ ਕਲਚਰ ਨੂੰ ਸੰਭਾਲੀ ਬੈਠੇ ਨੇ, ਕਿ ਦੇਖੋ ਤੁਸੀਂ ਸਾਰੇ ਦੇ ਸਾਰੇ ਜਿਹੜੇ ਨੇ ਇਸ ਵੇਲੇ ਯੂਨੀਵਰਸਿਟੀ ਦੇ ਸਟੂਡੈਂਟ ਨੇ, ਲੇਕਿਨ ਇਹਨਾਂ ਨੂੰ ਜ਼ਰਾ ਵੀ ਯਾਰ ਨਹੀਂ ਹੈ ਕਿ ਅਸੀਂ ਆਪਣੇ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਨਾਲ ਟੱਚ ਹਾਂ। ਮੈਂ ਕਹਾਂਗਾ ਕਿ ਮੇਰੇ ਦਿਲ ਨੂੰ ਅਗਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਚੀਜ਼ ਚੰਗੀ ਲੱਗੀ ਹੈ, ਤਾਂ ਉਹ ਲੱਗਾ ਮੇਰਾ ਆਪਣਾ ਪੰਜਾਬੀ ਕਲਚਰ ਐਂਡ ਹੈਰੀਟੇਜ, ਜਿਹਨੂੰ ਕਿ ਲੈ ਕੇ ਮੈਂ ਹਮੇਸ਼ਾ ਵਾਸਤੇ ਬਹੁਤ ਦੁਖੀ ਵੀ ਹੁੰਦਾ ਵਾਂ, ਖੁਸ਼ ਵੀ ਹੁੰਦਾ ਵਾਂ। ਪੰਜਾਬ ਮੇਰਾ ਵੰਡਿਆ ਗਿਆ, ਪੰਜਾਬ ਮੇਰਾ ਦੋ ਹਿੱਸਿਆਂ 'ਚ ਹੋਇਆ, ਪੰਜਾਬ ਫਿਰ ਪੰਜ ਹਿੱਸਿਆਂ 'ਚ ਵੰਡਿਆ ਗਿਆ। ਲੇਕਿਨ ਕਿਤੇ ਨਾ ਕਿਤੇ ਮਾਂ ਬੋਲੀ ਦੀ ਚਰਚਾ, ਕਿਤੇ ਨਾ ਕਿਤੇ ਤੁਹਾਨੂੰ ਇਹ ਸਾਰਾ ਕੁਝ ਕੀਤਾ ਹੋਇਆ ਜਿਹੜਾ ਉਹ ਮਿਲ ਜਾਂਦਾ ਹੈ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੋਜ ਦੇ ਨਾਲ, ਕਿਸੇ ਹੋਰ ਸੋਹਣੀ ਜੀ ਯਾਦ ਨੂੰ ਲੈ ਕੇ। ਤਾਂ ਸੈਨ ਡਿਆਗੋ ਤੋਂ ਤੁਹਾਡਾ ਆਪਣਾ ਬਾਬਾ ਜੀ, ਬਹੁਤ ਵਧੀਆ ਬੱਚਾ ਹੈ, all of them, all eight of them. ਬਹੁਤ ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ।